ਵੈਲਕਮ ਟੂ ਦ ਗ੍ਰੇਵਲ ਸ਼ੋਅ ਮੈਂ ਤੁਹਾਡਾ ਹੋਸਟ ਗੁਰਿੰਦਰ ਸਿੰਘ ਗ੍ਰੇਵਲ ਅੱਜ ਮੇਰੇ ਨਾਲ ਇਸ ਸ਼ੋਅ ਦੇ ਉੱਪਰ ਕੈਨੇਡਾ ਦੇ ਆਨਰੇਬਲ ਜਗਮੀਤ ਸਿੰਘ ਜੀ ਐਨਡੀਪੀ ਪਾਰਟੀ ਆਫ ਕੈਨੇਡਾ ਦੇ ਲੀਡਰ ਜਿਹੜੇ ਕਿ ਪਹਿਲੇ ਨਾਨ ਕੋਕੇਸ਼ੀਅਨ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਅਸੀਂ ਉਹਨਾਂ ਨੂੰ ਵੈਲਕਮ ਕਰਨ ਜਾ ਰਹੇ ਹਾਂ ਮਿਸਟਰ ਜਗਮੀਤ ਸਿੰਘ ਵੈਲਕਮ ਟੂ ਦ ਗ੍ਰੇਵਲ ਸ਼ੋਅ ਬਹੁਤ ਮਿਹਰਬਾਨੀ ਜੀ ਤੁਹਾਨੂੰ ਤੇ ਸਾਰੇ ਦਰਸ਼ਕ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਅਦਾਬ ਜਗਮੀਤ ਸਿੰਘ ਜੀ ਜਿੱਦਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਤੁਸੀਂ ਸਭ ਤੋਂ ਪਹਿਲੇ ਨਾਨ ਕੋਕੇਸ਼ੀਅਨ ਇੰਡੀਵਿਜੂਅਲ ਹੋ ਜਿਹੜੇ ਕਿ ਪੋਲੀਟੀਕਲ ਪਾਰਟੀ ਦੇ ਲੀਡਰ ਬਣੇ ਹੋ ਕੈਨੇਡਾ ਦੇ ਵਿੱਚ ਤੁਸੀਂ ਪਹਿਲੀ ਵਾਰੀ ਸਾਡੇ ਸ਼ੋਅ ਦੇ ਉੱਪਰ ਆਏ ਹੋ ਤੁਹਾਡੇ ਪਰਸਨਲ ਵਿਚਾਰ ਇਹਦੇ ਬਾਰੇ ਦੱਸੋ ਮੈਂ ਥੋੜ੍ਹਾ ਜਿਹਾ ਸੋਚਦਾ ਜਦੋਂ ਮੈਂ ਛੋਟਾ ਸੀਗਾ ਜੇ ਮੈਂ 10 ਸਾਲ ਦਾ ਤੇ ਮੈਨੂੰ ਕਿਸੇ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਕਿਹੋ ਜਿਹਾ ਲੱਗਦਾ ਤਾਂ ਮੈਂ ਜਿਹੜਾ ਅੱਜ ਕੱਲ੍ਹ ਦੇ ਲਿਬਰਲ ਜਾਂ ਕੰਜ਼ਰਵੇਟਿਵ ਲੀਡਰ ਉਹਦੇ ਵਰਗੇ ਕਹਿੰਦਾ ਹੋਊਗਾ ਪਰ ਜੇ ਕਿਸੇ ਨੇ ਮੈਨੂੰ ਕਦੇ ਪੁੱਛਿਆ ਕਿ ਤੂੰ ਆਪ ਕਦੇ ਲੀਡਰ ਬਣ ਸਕਦਾ ਜਾਂ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਮੈਂ ਤਾਂ ਉਦੋਂ ਕਹਿਣਾ ਸੀਗਾ ਨਹੀਂ ਇਹ ਤਾਂ ਮੈਂ ਕਦੇ ਸੋਚੀ ਨਹੀਂ ਕਿਉਂਕਿ ਮੈਂ ਕਦੇ ਦੇਖਿਆ ਨਹੀਂ ਤੇ ਹੁਣ ਕਿੰਨੇ ਕਿੰਨੇ ਬੱਚੇ ਨੇ ਜਿਹੜੇ ਮੈਂ ਮਿਲਦਾ ਕਿੰਨੇ ਕਿੰਨੇ ਵੱਖ ਵੱਖ ਦੇਸ਼ ਤੋਂ ਨੇ ਜਿਹੜੇ ਉਹਨਾਂ ਦੇ ਮਾਂ ਪਿਓ ਇੱਥੇ ਆਏ ਨੇ ਤੇ ਆਪਣਾ ਦੇਸ਼ ਬਣਾਉਣ ਵਾਸਤੇ ਤੇ ਆਪਣਾ ਘਰ ਬਣਾਉਣ ਵਾਸਤੇ ਤੇ ਉਹਨੂੰ ਮੈਂ ਮਿਲਦਾ ਤੇ ਕਹਿੰਦਾ ਕਿ ਮੈਂ ਵੀ ਤੇਰੀ ਵਾਂਗੂ ਬਣਨਾ ਚਾਹੁੰਦਾ ਪ੍ਰਧਾਨ ਮੰਤਰੀ ਤੇ ਮੈਂ ਸੋਚਦਾ ਕਿ ਕਿੰਨੇ ਕਿੰਨੇ ਬੱਚੇ ਹੁਣ ਹੋਣਗੇ ਜਿਹੜੇ ਜਿਹਨਾਂ ਦੇ ਮਨ 'ਚ ਇਹ ਸੁਪਨਾ ਪੈਦਾ ਹੋਇਆ ਕਿ ਜੇ ਮੈਂ ਘੱਟ ਗਿਣਤੀ ਕੌਮ ਦਾ ਹੋ ਕੇ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਮੈਂ ਕੁਛ ਵੀ ਬਣ ਸਕਦਾ ਮੈਂ ਆਪਣਾ ਬਿਜ਼ਨਸ ਖੋਲ ਸਕਦਾ ਮੈਂ ਡਾਕਟਰ ਬਣ ਸਕਦਾ ਮੈਂ ਬੱਚੇ ਨੂੰ ਪੜ੍ਹਾ ਸਕਦਾ ਕੋਈ ਵੀ ਗੱਲ ਹੋਵੇ ਤਾਂ ਉਸ ਬੱਚੇ ਨੂੰ ਹੁਣ ਮੈਂ ਆਸ ਕਰਦਾ ਕਿ ਜਿਹੜੇ ਰੁਕਾਵਟ ਹੁੰਦੇ ਸੀਗੇ ਥੋੜੀ ਘੱਟ ਗਏ ਤੇ ਉਹਨਾਂ ਦੇ ਸੁਪਨੇ ਹੋਰ ਵੱਡੇ ਹੋ ਸਕਦੇ ਜਿਹੜਾ ਲਿਟਰਲੀ ਯੂ ਹੈਵ ਟੱਚਡ ਦ ਸਟਾਰਸ ਜਦੋਂ ਤੁਸੀਂ ਲੀਡਰ ਬਣੇ ਹੋ ਕਿਉਂਕਿ ਯੂ ਹੈਵ ਗੋਨ ਟੂ ਦ ਟਾਪ ਲੈਵਲ ਪੋਜੀਸ਼ਨ ਇਨ ਕੈਨੇਡਾ ਅਦਰ ਦੈਨ ਬੀਇੰਗ ਦ ਪ੍ਰਾਈਮ ਮਿਨਿਸਟਰ ਵਿਚ ਹੋਪਫੁਲੀ ਯੂ ਨੈਵਰ ਨੋ ਨੈਕਸਟ ਟਾਈਮ ਅਰਾਊਂਡ ਪਰ ਇਸ ਤੋਂ ਉੱਪਰ ਤਾਂ ਕੈਨੇਡਾ ਦੇ ਵਿੱਚ ਮੇਰਾ ਨਹੀਂ ਖਿਆਲ ਕੋਈ ਹੋਰ ਪੋਜੀਸ਼ਨਸ ਨਹੀਂ ਹੈ ਵੈਸੇ ਆਪਾਂ ਗੱਲ ਕਰ ਰਹੇ ਸੀ ਇੱਕ ਬੱਚਾ ਕਹਿੰਦਾ ਸੀ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੀ ਦੌੜ 'ਚ ਹੈਗੇ ਹੋ ਮੈਂ ਤਾਂ ਫਿਰ ਇੱਕ CEO ਬਣ ਸਕਦਾ ਇੱਕ ਬੱਚਾ ਕਹਿੰਦਾ ਸੀ ਕਿ ਮੈਂ ਆਪਣਾ ਇੱਕ ਹਾਪਸਾ ਖੁੱਲੂੰਗਾ ਸੋ ਇੱਦਾਂ ਦੀ ਗੱਲਾਂ ਸੁਣ ਕੇ ਮੈਨੂੰ ਮੇਰਾ ਮੈਂ ਖੁਸ਼ ਹੋਇਆ ਕਿ ਬੱਚੇ ਨੂੰ ਇੱਦਾਂ ਨਹੀਂ ਲੱਗਦਾ ਕਿ ਉਹਨਾਂ ਦੇ ਰੰਗ ਕਰਕੇ ਉਹਨਾਂ ਦੀ ਬੋਲੀ ਕਰਕੇ ਉਹਨਾਂ ਦੇ ਮਾਂ ਪਿਓ ਦੇ ਪਿਛੋਕੜ ਕਰਕੇ ਕਿ ਉਹਨੂੰ ਕੋਈ ਉਹ ਗੱਲਾਂ ਕਰਕੇ ਰੁਕਾਵਟ ਨਹੀਂ ਹੈ ਤੇ ਇਹ ਮੈਂ ਚਾਹੁੰਦਾ ਵੀ ਸੀਗਾ ਕਿਉਂਕਿ ਬਹੁਤ ਸਾਰੇ ਲੋਕ ਹੈਗੇ ਜਿਹੜੇ ਉਹਨਾਂ ਦੇ ਆਈਡੈਂਟੀ ਕਰਕੇ ਕਈ ਵਾਰੀ ਧੱਕਾਸ਼ਾਹੀ ਮਹਿਸੂਸ ਕਰਨਾ ਪੈਂਦਾ ਬਚਪਨ ਦੇ ਵਿੱਚ ਜਾਂ ਕਈ ਵਾਰੀ ਰੁਕਾਵਟ ਆਉਂਦੇ ਨੇ ਜ਼ਿੰਦਗੀ 'ਚ ਤੇ ਜੇ ਮੈਂ ਉਹ ਬੱਚਿਆਂ ਨੂੰ ਥੋੜ੍ਹੀ ਹੌਸਲਾ ਅਫਜ਼ਾਈ ਦੇ ਸਕਦਾ ਕਿ ਨਹੀਂ ਤੁਸੀਂ ਕੁਛ ਵੀ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਪਿਛੋਕੜ ਹੈ ਤੁਹਾਡੀ ਪਹਿਚਾਣ ਇੱਕ ਕਮੀ ਨਹੀਂ ਇੱਕ ਤਾਕਤ ਹੈ So now coming back to politics, Mr. Singh, ਜਦੋਂ ਦੇ ਤੁਸੀਂ ਲੀਡਰ ਬਣੇ ਐਨਡੀਪੀ ਪਾਰਟੀ ਦੇ ਤੁਹਾਡੀ ਪਾਰਟੀ ਨੇ ਕੈਨੇਡਾ ਦੇ ਵਿੱਚ ਕੋਈ ਚੇਂਜ ਲੈ ਕੇ ਆਂਦੀ ਜੀ ਆਪਾਂ ਗੱਲਬਾਤ ਕਰ ਰਹੇ ਸੀ ਇੱਕ ਮੇਰਾ ਕੋਲੀਗ ਹੈ 15 ਸਾਲ ਲਈ ਉਹ MP ਰਿਹਾ ਤੇ ਕਹਿੰਦਾ ਕਿ ਐਨਡੀਪੀ ਆਮ ਲੋਕਾਂ ਵਾਸਤੇ ਪਾਰਟੀ ਹੈ ਤੇ ਕਈ ਵਾਰੀ ਬਹੁਤ ਮੁਸ਼ਕਲ ਹੈ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਨੂੰ ਕਨਵਿੰਸ ਕਰਨਾ ਤੇ ਕਹਿੰਦੇ ਕਿ ਆਪਾਂ ਪਿਛਲੇ 15 ਸਾਲ 'ਚ ਜ਼ੋਰ ਕਾਫੀ ਲਾਇਆ ਤੇ ਟੌਮੀ ਡਗਲਸ ਆਪਾਂ ਜਿਹੜਾ ਸਾਡੇ ਸਿਹਤ ਸੇਵਾਵਾਂ ਨੇ ਟੌਮੀ ਡਗਲਸ ਆਪਣੇ ਐਨਡੀਪੀ ਦਾ ਪਹਿਲਾ ਲੀਡਰ ਉਹਨਾਂ ਨੇ ਸਾਰੇ ਕਹਿੰਦੇ ਨੇ ਕਿ ਇਹਨੇ ਪਬਲਿਕ ਹੈਲਥ ਕੇਅਰ ਲਿਆਂਦਾ ਤੇ ਉਹਦੇ ਧੱਕੇ ਨਾਲ ਉਹਨੇ ਪਹਿਲਾਂ ਸੂਬੇ ਦਾ ਪ੍ਰਧਾਨ ਮੰਤਰੀ ਸੀ ਮੁੱਖ ਮੰਤਰੀ ਸੀ ਸਸਕੈਚੁਆਨ ਦਾ ਤਾਂ ਫਿਰ ਉਹ ਤੋਂ ਬਾਅਦ ਜਦੋਂ ਲੀਡਰ ਬਣਿਆ ਉਹਨਾਂ ਨੇ ਧੱਕੇ ਨਾਲ ਆਪ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਇਹ ਪਬਲਿਕ ਸਿਸਟਮ ਬਣਾਇਆ ਤੇ ਪਬਲਿਕ ਸਿਸਟਮ ਲੈ ਕੇ ਆਉਂਦਾ ਸਾਰੇ ਕਹਿੰਦਾ ਵਾਇਡ ਤੇ ਮਾਣ ਹੈ ਕਿਉਂਕਿ ਆਪਾਂ ਲੋਕਾਂ ਵਾਸਤੇ ਇੱਦਾਂ ਦਾ ਕੰਮ ਕਰਨਾ ਚਾਹੁੰਦੇ ਹਾਂ ਤੇ ਮੇਰਾ ਕੋਲੀ ਕਹਿੰਦਾ ਸੀ 15 ਸਾਲ ਦੇ ਵਿੱਚ ਆਪਾਂ ਕਾਫੀ ਜ਼ੋਰ ਲਾਇਆ ਤੇ ਕੰਮ ਕੀਤਾ ਪਰ ਹੁਣ ਇਹ ਪਿਛਲੇ ਜਿਹੜੇ 8 ਹਫ਼ਤੇ COVID-19 ਵੇਲੇ ਜਿੰਨੀਆਂ ਗੱਲਾਂ ਲੋਕਾਂ ਵਾਸਤੇ ਲੋਕਾਂ ਦੇ ਭਲਾ ਵਾਸਤੇ ਲੋਕਾਂ ਦਾ ਫਾਇਦਾ ਵਾਸਤੇ ਜਿੰਨੀਆਂ ਗੱਲਾਂ ਆਈਆਂ ਉਹ ਆਪਾਂ ਪੁਸ਼ ਕਰਕੇ ਲੈ ਕੇ ਆਉਂਦਾ ਜਿਹੜਾ ਪਹਿਲਾਂ ਕਹਿੰਦੇ ਸੀ ਕਿ ਜਿਹੜੇ EI ਨਾਲ ਇੰਪਲੋਇਮੈਂਟ ਇੰਸ਼ੋਰੈਂਸ ਨਾਲ ਸਾਰਾ ਕੁਛ ਸਾਥ ਜੂਗਾ ਤੇ ਆਪਾਂ ਪੁਸ਼ ਕੀਤਾ ਮੈਂ ਪੁਸ਼ ਕੀਤਾ ਸੀਗਾ ਮਾਰਚ ਦੇ ਵਿੱਚ ਕਿ ਨਹੀਂ ਸਾਨੂੰ ਇੱਕ ਯੂਨੀਵਰਸਲ ਪ੍ਰੋਗਰਾਮ ਦੀ ਲੋੜ ਹੈ ਫਿਰ ਉਹਨੇ CERB ਲੈ ਕੇ ਆਉਂਦਾ ਫਿਰ ਪਹਿਲਾਂ $1,000 ਸੀਗਾ ਆਪਾਂ ਕਹਿੰਦੇ ਸੀ ਘੱਟੋ ਘੱਟ 2,000 ਹੋਣਾ ਚਾਹੀਦਾ ਫਿਰ 2,000 ਤੱਕ ਕਰਤਾ ਪਹਿਲਾਂ 10% ਵੇਜ ਸਬਸਿਡੀ ਦੀ ਗੱਲ ਕੀਤੀ ਆਪਾਂ ਬਿਆਨ ਦਿੱਤਾ ਸੀ 3 ਹਫ਼ਤੇ ਪਹਿਲਾਂ ਕਿ ਨਹੀਂ ਇਹ ਹੋਣਾ ਚਾਹੀਦਾ ਘੱਟੋ ਘੱਟ 75% ਲੋਕਾਂ ਦੀ ਜਿਹੜੀ ਨੌਕਰੀਆਂ ਨੇ ਆਪਾਂ ਪਹੁੰਚਾ ਸਕਦੇ ਹਾਂ
ਫਿਰ ਸਰਕਾਰ ਨੇ ਆਪਣੀ ਗੱਲ ਮੰਨੀ ਤੇ ਲਿਬਰਲ ਸਰਕਾਰ ਨੇ 75% ਤੇ ਲੈ ਕੇ ਆਉਂਦਾ। ਫਿਰ ਇੱਕ ਇੱਕ ਗੱਲ ਸਟੂਡੈਂਟਸ ਨੂੰ ਮਿਸ ਕੀਤਾ ਕੰਪਲੀਟਲੀ, ਜਿਹੜੇ ਹੁਣ ਬੱਚੇ ਪੜ੍ਹਦੇ ਸੀ ਕਾਲਜ ਯੂਨੀਵਰਸਿਟੀ ਤੇ ਵਾਪਸ ਗਰਮੀਆਂ 'ਚ ਕੰਮ ਕਰਨਾ ਚਾਹੁੰਦੇ ਤੇ ਉਹਨਾਂ ਲਈ ਕੋਈ ਸਹੂਲਤ ਨਹੀਂ। ਆਪਾਂ ਧੱਕੇ ਨਾਲ ਪ੍ਰੈਸ਼ਰ ਪਾਇਆ ਤੇ ਫਿਰ ਲਿਬਰਲ ਸਰਕਾਰ ਨੇ ਆਪਣੀ ਗੱਲ ਮੰਨੀ ਤੇ ਸਟੂਡੈਂਟਸ ਵਾਸਤੇ ਹੁਣ ਇਸ ਫਰਾਈਡੇ ਨੂੰ ਰਿਲੀਜ਼ ਕਰ ਰਹੇ ਨੇ। ਸੋ ਬਹੁਤ ਸਾਰੀਆਂ ਗੱਲਾਂ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਪੁਸ਼ ਕਰਕੇ ਸਰਕਾਰ ਨੂੰ ਕਿਹਾ ਕਿ ਆਮ ਲੋਕ ਔਖੇ ਸਮੇਂ 'ਚ ਹੈਗੇ ਤੇ ਆਪਾਂ ਪੁਸ਼ ਪੁਸ਼ ਕਰਕੇ ਧੱਕੇ ਦੇ ਨਾਲ ਜੋ ਦੇ ਨਾਲ ਆਪਾਂ ਮਿਹਨਤ ਨਾਲ ਇਹ ਗੱਲਾਂ ਅੱਗੇ ਲਿਆਂਦੇ। ਸੋ ਮਿਸਟਰ ਸਿੰਘ, ਜਿੱਦਾਂ ਆਪਾਂ ਲਾਸਟ ਕਪਲ ਵੀਕਸ ਆਪਣੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਇੱਕ ਗਨ ਕੰਟਰੋਲ ਲਈ ਮਤਾ ਪੇਸ਼ ਕੀਤਾ, ਉਹਦੇ ਬਾਰੇ ਤੁਹਾਡੇ ਕੀ ਵਿਚਾਰ? ਜ਼ਿਆਦਾ ਕੈਨੇਡੀਅਨਸ ਨੇ ਕੁਛ ਜਿਹੜੀ ਪਬਲਿਕ ਪੋਲਿੰਗ ਦੇ ਵਿੱਚ ਕੁਛ 80% ਲੋਕ ਕਹਿੰਦੇ ਕਿ ਜਿਹੜੇ ਮਿਲੀਟਰੀ ਅਸਾਲਟ ਸਟਾਈਲ ਵੈਪਨਸ ਜੋ ਹੈਗੇ, ਜਿਹੜੇ ਉਹਨਾਂ ਦਾ ਸਿਰਫ ਔਰ ਸਿਰਫ ਇੱਕੋ ਹੀ ਮਕਸਦ ਹੈ ਕਿ ਲੋਕਾਂ ਨੂੰ ਮਾਰਨਾ, ਉਹਦੇ ਕਰਕੇ ਬਹੁਤ ਸਾਰੇ ਲੋਕ ਨੋਵਸਕੋਸ਼ਾ ਦੇਖ ਕੇ ਤੇ ਮੋਨਟਰੀਆਲ 'ਚ ਦੇਖ ਕੇ ਬੜੇ ਦੁੱਖ ਮਹਿਸੂਸ ਕਰਦੇ ਨੇ ਕਿ ਇੱਦਾਂ ਦਾ ਹਿੰਸਾ, ਇੱਦਾਂ ਦਾ ਵਾਇਲੈਂਸ ਹੋਇਆ ਤੇ ਬੜੇ ਪਰੇਸ਼ਾਨ ਨੇ, ਫਿਕਰ ਕਰਦੇ ਨੇ ਕਿ ਆਪਾਂ ਸਮਾਜ ਨੂੰ ਤੇ ਆਪਣੇ ਸ਼ਹਿਰਾਂ ਨੂੰ ਆਪਣੀ ਕਮਿਊਨਿਟੀ ਨੂੰ ਕਿੱਦਾਂ ਸੁਰੱਖਿਅਤ ਰੱਖ ਸਕਦੇ। ਸੋ ਕਾਫੀ ਸਾਰੇ ਲੋਕ ਕਹਿੰਦੇ ਕਿ ਕਿਸ ਕਿਸਮ ਦੇ ਗਨਸ ਨੂੰ ਨਹੀਂ ਇੱਥੇ ਲੈ ਕੇ ਆਉਣੇ ਚਾਹੀਦੇ ਜਾਂ ਕੈਨੇਡਾ 'ਚ ਨਹੀਂ ਹੋਣੇ ਚਾਹੀਦੇ। ਆਪਾਂ ਅਮਰੀਕਾ ਦੇਖਦੇ ਹਾਂ ਕਿ ਉੱਥੇ ਦਾ ਕਿੱਦਾਂ ਕਿੰਨਾ ਬੁਰਾ ਹਾਲ ਹੈ। ਸੋ ਉਹ ਲੋਕ ਕਹਿੰਦੇ ਸੀ ਕਿ ਉਹ ਕਿਸਮ ਦੇ ਜਿਹੜੇ ਸਿਰਫ ਔਰ ਸਿਰਫ ਬੰਦੇ ਨੂੰ ਸ਼ਿਕਾਰ ਬਣਾਉਣਾ, ਉਹ ਕਿਸਮ ਦੇ ਗਨਸ ਨੂੰ ਇੱਥੇ ਕੈਨੇਡਾ 'ਚ ਨਹੀਂ ਹੋਣੇ ਚਾਹੀਦੇ, ਇਜਾਜ਼ਤ ਨਹੀਂ ਹੋਣੀ, ਪਾਬੰਦੀ ਹੋਣੀ ਚਾਹੀਦੀ ਹੈ। ਤੇ ਆਪਾਂ ਇਸ ਗੱਲ ਨੂੰ ਸਪੋਰਟ ਕਰਦੇ ਹਾਂ ਕਿ ਜੇ ਆਪਾਂ ਕਮਿਊਨਿਟੀ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਤੇ ਲੋਕਾਂ ਨੂੰ ਥੋੜ੍ਹੀ ਜਿਹਾ ਇੱਕ ਕੌਨਫੀਡੈਂਸ ਦੇ ਸਕਦੇ ਹਾਂ ਕਿ ਹਾਂ ਤੁਸੀਂ ਸੇਫ ਹੋ, ਤਾਂ ਇਸ ਗੱਲ ਦੀ ਆਪਾਂ ਸਪੋਰਟ ਕਰਦੇ ਹਾਂ। ਮਿਸਟਰ ਸਿੰਘ, ਦੂਸਰੇ ਪਾਸੇ ਜਿਹੜੇ ਲੋਕ ਗਨਸ ਨੂੰ ਓਨ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਵੀ ਕ੍ਰਿਮੀਨਲ ਐਕਟ ਹੁੰਦੇ ਨੇ, ਨਾਟ ਜਸਟ ਇਨ ਕੈਨੇਡਾ, ਆਲ ਓਵਰ ਦ ਵਰਲਡ, ਜਦੋਂ ਵੀ ਕਦੇ ਵੀ ਕ੍ਰਿਮੀਨਲ ਐਕਟ ਹੁੰਦੇ ਨੇ ਉਹ ਅਨਲਾਈਸੈਂਸਡ ਵੈਪਨਸ ਦੇ ਨਾਲ ਹੁੰਦੇ ਆ, ਨਾ ਕਿ ਲਾਈਸੈਂਸਡ ਵੈਪਨਸ ਦੇ ਨਾਲ। ਸੋ ਜਿਹੜੇ ਲੋਕ ਅਸੋਲਟ ਵੈਪਨਸ ਆਲਰੇਡੀ ਕੈਨੇਡਾ ਦੇ ਵਿੱਚ ਰੱਖ ਰਹੇ ਨੇ ਕਿੰਨੇ ਸਾਲਾਂ ਦੇ, ਉਹ ਕਹਿੰਦੇ ਨੇ ਕਿ ਸਾਡੀਆਂ ਗਨਸ ਤਾਂ ਕਦੇ ਕ੍ਰਿਮੀਨਲ ਐਕਟ ਦੇ ਵਿੱਚ ਯੂਜ਼ ਹੀ ਨਹੀਂ ਹੁੰਦੀ। ਤੇ ਜਿਹੜੀ ਹੁਣ ਵਾਇਲੈਂਸ ਦੀ ਗੱਲ ਹੈ, ਉਹ ਇੱਕ ਕਦਮ ਨਾਲ ਨਹੀਂ ਸਾਫ਼ ਹੋ ਸਕਦਾ। ਜਿਹੜਾ ਰੂਟਸ ਆਫ ਵਾਇਲੈਂਸ ਜੇ ਆਪਾਂ ਦੇਖੀਏ, ਉਹਦੇ 'ਚ ਪਾਵਰਟੀ ਦੀ ਗੱਲ ਆਉਂਦੀ ਹੈ, ਜਿੱਥੇ ਬਰਾਬਰਤਾ ਨਹੀਂ ਹੁੰਦਾ, ਜਿੱਥੇ ਲੋਕਾਂ ਕੋਲ ਆਪਸ਼ਨਸ ਨਹੀਂ ਹੈਗੇ ਕਿ ਉਹ ਆਪਣੇ ਇੱਕ ਵਧੀਆ ਵਧੀਆ ਜ਼ਿੰਦਗੀ ਜਿਉਂ ਸਕਦੇ ਨੇ, ਇੱਕ ਵਧੀਆ ਗੁਜ਼ਾਰਾ ਕਰ ਸਕਦੇ ਨੇ। ਫਿਰ ਉਹ ਲੋਕ ਕਈ ਵਾਰੀ ਗਲਤ ਪਾਸੇ ਨੂੰ ਚਲੇ ਜਾਂਦੇ, ਬੱਚੇ ਕਈ ਵਾਰੀ ਜਿਨ੍ਹਾਂ ਦੀ ਕੋਈ ਆਸ ਨਹੀਂ ਜ਼ਿੰਦਗੀ 'ਚ, ਕੋਈ ਹੋਪ ਨਹੀਂ ਹੈਗਾ, ਉਹ ਕਈ ਵਾਰੀ ਗਲਤ ਪਾਸੇ ਨੂੰ ਚਲੇ ਜਾਂਦੇ। ਸੋ ਜੇ ਆਪਾਂ ਓਵਰਆਲ ਵਾਇਲੈਂਸ ਨੂੰ ਕੰਟਰੋਲ ਕਰਨਾ, ਤਾਂ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਬਹੁਤ ਸਾਰੇ ਹੋਰ ਕਦਮ ਚੁੱਕਣੇ, ਜਿਹੜੀ ਗਰੀਬੀ ਨੂੰ ਖਤਮ ਕਰਨਾ, ਬੱਚਿਆਂ ਨੂੰ ਵਧੀਆ ਸਹੂਲਤ ਦੇਣੇ ਉਸ ਕਮਿਊਨਿਟੀ ਦੇ ਵਿੱਚ ਜਿੱਥੇ ਕਾਫੀ ਚਿਰ ਤੋਂ ਬੇਇਨਸਾਫੀ ਜਾਂ ਇਨਜਸਟਿਸ ਹੋਇਆ ਜਾਂ ਜਿੱਥੇ ਘੱਟ ਸਹੂਲਤਾਂ ਨੇ, ਉਹ ਕਮਿਊਨਿਟੀਜ਼ ਦੀ ਮਦਦ ਕਰਨੀ, ਉਹ ਜ਼ਰੂਰੀ ਹੈ। ਇਨ ਜਨਰਲ ਲੋਕ ਕੈਨੇਡਾ ਦੀ ਇੱਕ ਮਾਨ ਹੈ ਕਿ ਆਪਾਂ ਜਿਹੜੀ ਸਪੋਰਟਸ ਸ਼ੂਟਿੰਗ ਜਾਂ ਸ਼ਿਕਾਰ, ਉਹ ਆਪਾਂ ਕਹਿੰਦੇ ਹਾਂ ਕਿ ਇੱਕ ਸਾਡਾ ਇੱਕ ਸੱਭਿਆਚਾਰਕ ਇੱਕ ਐਲੀਮੈਂਟ ਆ। ਪਰ ਜਿਹੜੇ ਅਮਰੀਕਾ ਦੇ ਵਿੱਚ ਕਿੰਨੇ ਕਿੰਨੇ ਕਿਸਮ ਦੇ ਜਿਹੜੇ ਬੜੇ ਬੜੇ ਖਤਰਨਾਕ ਵੈਪਨਸ ਦੀ ਪੂਰੀ ਖੁੱਲੀ ਇਜਾਜ਼ਤ ਹੈ, ਇੱਥੇ ਲੋਕ ਨਹੀਂ ਚਾਹੁੰਦੇ ਕਿ ਉਹ ਇੱਦਾਂ ਹੋਵੇ। ਸੋ ਤੁਹਾਡੀ ਪਾਰਟੀ ਹਮੇਸ਼ਾ ਹੀ ਲੋਕਾਂ ਦੀ ਪਾਰਟੀ ਮੰਨੀ ਗਈ ਹੈ, ਆਮ ਲੋਕਾਂ ਦੀ ਪਾਰਟੀ ਮੰਨੀ ਗਈ ਹੈ, ਬਲੂ ਕਾਲਰ ਵਰਕਰਸ ਪਾਰਟੀ ਮੰਨੀ ਗਈ ਹੈ। ਤੁਸੀਂ ਜਾਂ ਤੁਹਾਡੀ ਪਾਰਟੀ ਨੇ ਕੋਈ ਬਿੱਲ ਪੇਸ਼ ਕੀਤਾ ਕਿ ਜਿੱਦਾਂ ਤੁਸੀਂ ਲੋਕੈਲਿਟੀਜ਼ ਦੀ ਗੱਲ ਕਰ ਰਹੇ ਹੋ, ਨੇਬਰਹੁੱਡਸ ਦੀ ਗੱਲ ਕਰ ਰਹੇ ਹੋ ਜਿੱਥੇ ਕਿ ਮੇ ਬੀ ਪ੍ਰਿਵਲੇਜਸ ਨਹੀਂ ਮਿਲਦੀਆਂ ਲੋਕਾਂ ਨੂੰ, ਉੱਥੇ ਕੋਈ ਐਜੂਕੇਸ਼ਨ ਐਲੀਮੈਂਟ ਦੇ ਟਾਈਪ ਦੇ ਨਾਲ ਲੋਕਾਂ ਨੂੰ ਸਮਝਾਇਆ ਜਾਵੇ ਕਿ ਵਾਇਲੈਂਸ ਨਹੀਂ ਕਰ ਜੀ? ਹੁਣ ਸਾਰਿਆਂ ਨੂੰ ਪਤਾ ਹੈਗਾ ਕਿ ਵਾਇਲੈਂਸ ਨਹੀਂ ਕਰਨਾ, ਇਹ ਇੱਦਾਂ ਦੀ ਐਜੂਕੇਸ਼ਨ ਦੀ ਲੋੜ ਨਹੀਂ। ਇਹ ਹੈਗਾ ਕਿ ਜੇ ਆਪਾਂ ਸਬੂਤ ਦੇਖੀਏ ਕਿ ਜਿੱਥੇ ਵਾਇਲੈਂਸ ਹੁੰਦਾ ਉੱਥੇ ਹੁੰਦਾ ਜਿੱਥੇ ਗਰੀਬੀ ਹੁੰਦੀ ਹੈ, ਜਿੱਥੇ ਲੋਕਾਂ ਕੋਲ ਕੋਈ ਹੋਰ ਸਹੂਲਤ ਨਹੀਂ ਹੈ। ਜਿੱਥੇ ਆਪਾਂ ਜੇ ਦੇਖਦੇ ਹਾਂ ਕਿ ਲੋਕ ਜਦੋਂ ਗੈਂਗਸ ਵੱਲ ਜਾਂਦੇ ਨੇ, ਬੱਚੇ ਜ਼ਿਆਦਾਤਰ ਗੈਂਗਸ ਵੱਲ ਜਾਂਦੇ ਜਦੋਂ ਉਹਨਾਂ ਦੇ ਘਰ 'ਚ ਕੋਈ ਇਹੋ ਜਿਹਾ ਆਸ ਨਹੀਂ ਹੈ ਕਿ ਕੋਈ ਕਦੇ ਗੁਜ਼ਾਰਾ ਕਰ ਸਕਦੇ ਨੇ। ਸੋ ਆਪਾਂ ਬੜੀ ਮਿਹਨਤ ਨਾਲ ਅਤੇ ਬੜੇ ਜ਼ੋਰ ਨਾਲ ਕਿਹਾ ਕਿ ਜਿਹੜੇ ਆਮ ਗੱਲਾਂ ਲੋਕਾਂ ਦੀ ਲੋੜਾਂ ਨੇ ਕੀ ਨੇ, ਇੱਕ ਤਾਂ ਲੋਕ ਚਾਹੁੰਦੇ ਕਿ ਉਹਨਾਂ ਕੋਲ ਘਰ ਹੋਵੇ, ਸਾਰੇ ਚਾਹੁੰਦੇ ਕਿ ਘਰ ਹੋਵੇ।
ਤੇ ਆਪਾਂ ਕਾਫੀ ਜ਼ੋਰ ਲਾਇਆ ਕਿ ਘਰ ਨੂੰ ਆਪਾਂ ਹਾਊਸਿੰਗ ਦੀ ਕਿੱਦਾਂ ਟੈਕਲ ਕਰੀਏ ਕਿ ਉਹਨੂੰ ਅਫੋਰਡੇਬਲ ਕਿੱਦਾਂ ਬਣਾਉਣਾ। ਹੁਣ ਕੁਛ ਗੱਲਾਂ ਉਹਦੇ 'ਚ ਆਪਾਂ ਕਿਹਾ ਕਿ ਇੱਕ ਤਾਂ ਜਿਹੜੀ ਸਪੈਕੂਲੇਸ਼ਨ ਨਾਲ ਪ੍ਰਾਈਸਿਸ ਵੱਧ ਰਹੇ ਨੇ ਬਹੁਤ ਜ਼ਿਆਦਾ ਗਲਤ ਤਰੀਕੇ ਦੇ ਨਾਲ, ਉਹਨੂੰ ਆਪਾਂ ਰੋਕਣਾ ਆ। ਸੋ ਸਪੈਕੂਲੇਸ਼ਨ ਦੋ ਗੱਲਾਂ ਨੇ, ਇੱਕ ਤਾਂ ਜਿਹੜੇ ਫੋਰਨ ਬਾਇਰਸ ਉਹ ਇੱਥੇ ਕੈਨੇਡਾ ਨੂੰ ਇੱਦਾਂ ਦੇਖਿਆ ਕਿ ਇੱਥੇ ਤਾਂ ਵਧੀਆ ਸਟੇਬਲ ਦੇਸ਼ ਹੈ, ਇੱਥੇ ਪੈਸੇ ਆਪਾਂ ਰੱਖੀਏ। ਹੁਣ BC ਨੇ ਫੋਰਨ ਬਾਇਰਸ ਉੱਤੇ ਟੈਕਸ ਲਾਇਆ ਤੇ ਇੱਕਦਮ ਹਾਊਸਿੰਗ ਦਾ ਜਿਹੜੇ ਪ੍ਰਾਈਸਿਸ ਬਹੁਤ ਤਾਂ ਨੂੰ ਜਾ ਰਹੇ ਸੀ ਉਹਨੂੰ ਥੋੜ੍ਹੀ ਜਿਹਾ ਕੰਟਰੋਲ ਕੀਤਾ। ਦੂਜੀ ਗੱਲ ਆ ਕਿ ਜਿਹੜੀ ਮਨੀ ਲਾਂਡਰਿੰਗ ਉਹ ਐਕਚੁਅਲੀ ਬਹੁਤ ਜ਼ਿਆਦਾ ਅਸਰ ਪੈ ਰਿਹਾ। BC ਨੇ ਦੇਖਿਆ ਕਿ 5% ਸਿਰਫ ਔਰ ਸਿਰਫ ਮਨੀ ਲਾਂਡਰਿੰਗ ਜਿਹੜਾ ਉਹ ਕਾਊਂਟ ਕਰ ਸਕਦੇ ਸੀਗੇ ਉਹਦੇ ਕਰਕੇ ਪ੍ਰਾਪਰਟੀ ਪ੍ਰਾਈਸਿਸ ਵੱਧ ਰਹੇ ਸੀ। ਸੋ ਮਨੀ ਲਾਂਡਰਿੰਗ ਨੂੰ ਵੀ ਟੈਕਲ ਕਰਨਾ ਚਾਹੀਦਾ ਤੇ ਫੈਡਰਲ ਲੈਵਲ ਤੋਂ ਕੋਈ ਨਹੀਂ ਬੰਦੇ ਹੈਗੇ, ਡਿਪਾਰਟਮੈਂਟ ਹੈਗਾ ਪਰ ਉਹ ਡਿਪਾਰਟਮੈਂਟ ਵਿੱਚ ਕੋਈ ਨਹੀਂ ਹੈਗੇ ਜਿਹੜੇ ਮਨੀ ਲਾਂਡਰਿੰਗ ਨੂੰ ਟੈਕਲ ਕਰ ਰਹੇ ਨੇ। ਤੇ ਹੁਣ ਦੂਜੇ ਪਾਸੇ ਅਫੋਰਡੇਬਲ ਹਾਊਸ ਬਣਾਉਣੇ, ਹੁਣ 1990 ਦੇ ਵਿੱਚ ਉਦੋਂ ਤੱਕ ਫੈਡਰਲ ਸਰਕਾਰ ਨੇ ਜਿਹੜੇ ਅਫੋਰਡੇਬਲ ਹਾਊਸਿੰਗ ਵਾਸਤੇ ਇੱਕ ਕਿਸਮ ਦੇ ਹਾਊਸਿੰਗ ਹੈਗਾ ਕੋਆਪਰੇਟਿਵ, ਜਿਹਦੇ 'ਚ ਹਰੇਕ ਬਿਲਡਿੰਗ ਦੇ ਜਿਹੜੇ ਵੀ ਰੈਜ਼ੀਡੈਂਟ ਨੇ ਉਹ ਇੱਕ ਓਨਰਸ ਨੇ, ਉਹ ਇੱਕ ਮਾਲਕ ਨੇ, ਤੇ ਇੱਕ ਕਿਸਮ ਦਾ ਵਧੀਆ ਕਿਸਮ ਦਾ ਹਾਊਸਿੰਗ ਹੈਗਾ। ਤੇ ਉਹ ਕਿਸਮ ਦਾ ਹਾਊਸਿੰਗ ਜਿਹੜੇ ਨਾਨ ਫੋਰ ਪ੍ਰੋਫਿਟ, ਸਿਰਫ ਔਰ ਸਿਰਫ ਲੋਕਾਂ ਨੂੰ ਇੱਕ ਰਿਹਾਇਸ਼ ਦੇਣ ਵਾਸਤੇ ਬਣਿਆ, ਨਾ ਕਿ ਪ੍ਰੋਫਿਟ ਬਣਾਉਣ ਵਾਸਤੇ। ਉਹ ਕਿਸਮ ਦੇ ਜਿਹੜੇ ਸਿਸਟਮ ਸੀਗੇ 1990 ਤੱਕ ਬੜੇ ਇਨਵੈਸਟਮੈਂਟ ਹੋਈ ਆ ਪਰ ਉਹ ਤੋਂ ਬਾਅਦ ਨਹੀਂ ਹੋਈ। ਸੋ ਕਿੰਨੇ ਦਹਾਕੇ ਹੋਏ ਹੁਣ ਕਿ ਇਹੋ ਜਿਹੜੇ ਅਫੋਰਡੇਬਲ ਹਾਊਸਿੰਗ 'ਚ ਕੋਈ ਇਨਵੈਸਟਮੈਂਟ ਨਹੀਂ ਹੋਇਆ। ਸੋ ਆਪਾਂ ਚਾਹੁੰਦੇ ਹਾਂ ਕਿ 5 ਲੱਖ ਆਪਾਂ ਨਵੇਂ ਯੂਨਿਟਸ ਬਣਾਈਏ ਜਿਹੜੇ ਅਫੋਰਡੇਬਲ ਹੋਣ। ਉਹਦੇ 'ਚ ਕੀ ਹੋਗਾ ਕਿ ਲੋਕਾਂ ਨੂੰ ਇੱਕ ਚੋਇਸ ਹੋਊਗਾ, ਜੇ ਅਫੋਰਡੇਬਲ ਹਾਊਸਿੰਗ ਮਿਲ ਸਕਦੀ ਆ ਤਾਂ ਲੋਕ ਉੱਥੇ ਜਾ ਸਕਦੇ, ਅਫੋਰਡ ਕਰ ਸਕਦੇ, ਤੇ ਫਿਰ ਇੱਕ ਹਾਊਸਿੰਗ ਮਾਰਕੀਟ 'ਤੇ ਵੀ ਇੱਕ ਬੋਝ ਥੋੜ੍ਹੀ ਘੱਟ ਜੂ, ਕਿਉਂਕਿ ਹੁਣ ਲੋਕ ਕਹਿੰਦੇ ਕਿ ਰੈਂਟ ਤਾਂ ਇੰਨਾ ਜ਼ਿਆਦਾ, ਸਾਨੂੰ ਤਾਂ ਘਰ ਖਰੀਦਣਾ ਪਊਗਾ, ਹੁਣ ਚੋਇਸ ਹੀ ਨਹੀਂ ਹੈ। ਜੇ ਆਪਾਂ ਅਫੋਰਡੇਬਲ ਰੈਂਟਲ ਨੂੰ ਇੰਨਾ ਅਫੋਰਡੇਬਲ ਰੱਖ ਸਕਦੇ ਹਾਂ ਕਿ ਮੋਰਗੇਜ ਤੋਂ ਕਾਫੀ ਘੱਟ ਹੋਊਗਾ, ਤੇ ਲੋਕਾਂ ਕੋਲ ਚੋਇਸ ਹੈ। ਤੇ ਆਪਾਂ ਬਾਕੀ ਸੂਬਿਆਂ 'ਚ, ਬਾਕੀ ਦੇਸ਼ਾਂ 'ਚ ਦੇਖੀਏ ਕਿ ਜਿੱਥੇ ਅਫੋਰਡੇਬਲ ਹਾਊਸਿੰਗ ਹੈ ਉੱਥੇ ਓਵਰਆਲ ਰੈਂਟਲ ਮਾਰਕੀਟ ਸਸਤੀ ਹੈ, ਤੇ ਉੱਥੇ ਹਾਊਸਿੰਗ ਮਾਰਕੀਟ ਵੀ ਅਫੋਰਡੇਬਲ ਸੀਗੀ। ਸੋ ਉਹ ਆਪਾਂ ਫੋਕਸ ਕੀਤਾ। ਨਾਲ ਦੇ ਨਾਲ ਲੋਕਾਂ ਕੀ ਚਾਹੁੰਦੇ ਨੇ, ਗਰੀਬੀ ਨੂੰ ਖਤਮ ਕਰਨ ਵਾਸਤੇ ਸਿਹਤ ਸੇਵਾਵਾਂ ਤੇ ਐਜੂਕੇਸ਼ਨ ਦੇ ਵਿੱਚ ਇਨਵੈਸਟਮੈਂਟਸ। ਸੋ ਆਪਾਂ ਇਹ ਗੱਲ ਕਾਫੀ ਕਰ ਰਹੇ ਹਾਂ ਕਿ ਸਿਹਤ ਸੇਵਾਵਾਂ ਦੇ ਵਿੱਚ ਸਾਨੂੰ ਇਨਵੈਸਟਮੈਂਟਸ ਕਰਨੇ ਚਾਹੀਦੇ, ਕਿ ਜਿਹੜੀ ਦਵਾਈਆਂ ਦਾ ਖਰਚਾ ਉਹ ਇੰਕਲੂਡ ਹੋਣਾ ਚਾਹੀਦਾ। ਆਪਾਂ ਇਕੱਲੇ ਦੇਸ਼ ਹੈ ਦੁਨੀਆ ਦੇ ਵਿੱਚ ਜਿੱਥੇ ਤੁਸੀਂ ਡਾਕਟਰ ਕੋਲ ਜਾ ਸਕਦੇ ਹੋ, ਹਸਪਤਾਲ ਜਾ ਸਕਦੇ ਹੋ, ਉਹ ਸਾਰਾ ਕੁਝ ਇੰਕਲੂਡ ਹੈ, ਪਰ ਜੇ ਕੋਈ ਦਵਾਈ ਦੀ ਲੋੜ ਹੈ ਉਹ ਤੁਸੀਂ ਆਪੇ ਆਪਣੇ ਜੇਬ 'ਚੋਂ ਦੇਣੀ ਹੈ। ਆਪਾਂ ਇਕੱਲੇ ਦੇਸ਼ ਹੈ ਦੁਨੀਆ 'ਚ, UK, ਸਵੀਡਨ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਹੋਰ ਦੇਸ਼ ਉਹਨਾਂ ਦੀ ਦਵਾਈਆਂ ਵੀ ਇੰਕਲੂਡ ਹੈ। ਸੋ ਆਪਾਂ ਕਹਿ ਰਹੇ ਹਾਂ ਇੱਥੇ ਵੀ ਇਹ ਹੋਣਾ ਚਾਹੀਦਾ। ਸੋ ਇਹ ਹੈਗਾ ਕਿ ਲੋਕਾਂ ਨੂੰ ਸਹੂਲਤ ਦੇ ਕੇ ਆਪਾਂ ਗਰੀਬੀ ਨੂੰ ਖਤਮ ਕਰ ਸਕਦੇ ਹਾਂ, ਤੇ ਲੋਕਾਂ ਕੋਲ ਹੋਰ ਆਪਸ਼ਨਸ ਹੋਣਗੇ, ਤੇ ਫਿਰ ਆਪਾਂ ਗਾਂ ਜਿਹੜਾ ਵਾਇਲੈਂਸ ਨੂੰ ਵੀ ਟੈਕਲ ਕਰ ਸਕਦੇ ਹਾਂ। ਮਿਸਟਰ ਸਿੰਘ, ਹੁਣ ਟਾਈਮ ਹੋ ਗਿਆ ਆਪਣੀ ਬ੍ਰੇਕ ਦਾ, ਸੋ ਵੀਲ ਬੀ ਗੋਇੰਗ ਫॉर ਅ ਸ਼ਾਰਟ ਬ੍ਰੇਕ, ਰਾਈਟ ਆਫਟਰ ਵੀਲ ਬੀ ਕਮਿੰਗ ਬੈਕ ਐਂਡ ਟਾਕਿੰਗ ਅਬਾਊਟ ਕੋਵਿਡ ਐਂਡ ਵਾਟ ਦ ਕੈਨੇਡੀਅਨ ਗਵਰਨਮੈਂਟ ਹੈਜ਼ ਡਨ ਸੋ ਫਾਰ। ਕੀਪ ਔਨ ਵਾਚਿੰਗ ਦ ਗ੍ਰੇਵਲ ਸ਼ੋ। ਵੈਲਕਮ ਬੈਕ ਟੂ ਦ ਗ੍ਰੇਵਲ ਸ਼ੋ। ਅੱਜ ਮੇਰੇ ਨਾਲ ਮੇਰੇ ਗੈਸਟ ਨੇ ਆਨਰੇਬਲ ਜਗਮੀਤ ਸਿੰਘ ਜੀ, ਲੀਡਰ ਨਿਊ ਡੈਮੋਕ੍ਰੈਟ ਪਾਰਟੀ ਆਫ ਕੈਨੇਡਾ ਦੇ, ਇੱਕੋ ਇੱਕ ਪਾਰਟੀ ਕੈਨੇਡਾ ਦੇ ਵਿੱਚ ਜਿਹਦਾ ਕਿ ਲੀਡਰ, ਕੈਨੇਡਾ ਦਾ ਲੀਡਰ ਨਾਨ ਕੋਕੇਸ਼ੀਅਨ ਆਪਣੀ ਕਮਿਊਨਿਟੀ ਤੋਂ, ਮਿਸਟਰ ਸਿੰਘ। ਵੈਲਕਮ ਬੈਕ ਮਿਸਟਰ ਸਿੰਘ। ਬਹੁਤ ਮਿਹਰਬਾਨੀ ਜੀ। ਮਿਸਟਰ ਸਿੰਘ, ਆਪਾਂ ਜਿੱਦਾਂ ਗੱਲ ਕਰ ਰਹੇ ਸੀਗੇ ਪਹਿਲਾਂ, ਤੁਸੀਂ ਦੱਸਿਆ ਕੋਵਿਡ ਦੇ ਵਿੱਚ ਕਿ ਤੁਸੀਂ ਐਜ਼ ਅ ਲੀਡਰ ਤੇ ਤੁਹਾਡੀ ਪਾਰਟੀ ਨੇ ਕਾਫੀ ਕੰਮ ਕੀਤੇ, ਉਹਦੇ ਤੇ ਆਪਾਂ ਥੋੜੀ ਜਿਹੀ ਹੁਣ ਖੁੱਲ੍ਹ ਕੇ ਗੱਲਬਾਤ ਕਰਾਂਗੇ। ਕੋਵਿਡ-19 ਆਇਆ ਕੈਨੇਡਾ ਦੇ ਵਿੱਚ ਤਾਂ ਆਪਣੇ ਪ੍ਰਾਈਮ ਮਿਨਿਸਟਰ ਤੇ ਆਪਣੀ ਗਵਰਨਮੈਂਟ ਜਿਹੜੀ ਕਿ ਲਿਬਰਲ ਪਾਰਟੀ ਆਫ ਕੈਨੇਡਾ ਜਸਟਿਨ ਟਰੂਡੋ ਉਹਨਾਂ ਦੇ ਲੀਡਰ, ਉਹਨਾਂ ਨੇ ਕਾਫੀ ਰਾਇਤਾਂ ਲੈ ਕੇ ਆਉਂਦੇ। ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਲੈ ਕੇ ਆਉਂਦੀ, ਤੁਸੀਂ ਕਿਹਾ ਜੀ ਸਾਰਿਆਂ ਨੂੰ ਯੂਨੀਵਰਸਲ ਜਿਹੜੇ ਪੈਸੇ ਨੇ ਮਿਲਣੇ ਚਾਹੀਦੇ, ਉਹ ਨਹੀਂ ਮਿਲੇ ਹੁਣ ਤੱਕ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਜੀ? ਇੱਕ ਲਿਬਰਲ ਸਰਕਾਰ ਦੀ ਇੱਕ ਬਹੁਤ ਵੱਡੀ ਗਲਤੀ ਹੈ ਜਿਹੜਾ ਹੁਣ ਆਪਾਂ ਕ੍ਰਾਈਸਿਸ ਹੈਗੀ ਆ। ਹੋਣਾ ਕੀ ਚਾਹੀਦਾ ਕਿ ਜੇ ਆਪਾਂ ਕਿਸ ਕਿਸਮ ਦਾ ਟਾਂਚਾ ਬਣਾਉਂਦੇ ਹਾਂ, ਟਾਂਚਾ ਦਾ ਮਕਸਦ ਹੋਣਾ ਚਾਹੀਦਾ ਕਿ ਜਿਹੜੇ ਸਭ ਤੋਂ ਲੋੜਵੰਦ ਹੈ ਉਹ ਬੰਦੇ ਨੂੰ ਮਿਸ ਨਾ ਹੋਵੇ। ਤੇ ਲਿਬਰਲ ਸਰਕਾਰ ਦੀ ਜਿਹੜੀ ਸਟ੍ਰੈਟਜੀ ਸੀਗੀ ਕਿ ਆਪਾਂ ਇਹੋ ਜਿਹੇ ਪਲਾਨ ਬਣਾਈਏ ਜਿਹਦੇ 'ਚ ਆਪਾਂ ਇਹਨੂੰ ਐਕਸਕਲੂਡ ਕਰੀਏ, ਉਹਨੂੰ ਐਕਸਕਲੂਡ ਕਰੀਏ, ਤੇ ਇਹ ਕਰਦੇ ਕਰਦੇ ਜਿਹੜੇ ਸਭ ਤੋਂ ਲੋੜਵੰਦ ਲੋਕ ਨੂੰ ਮਿਸ ਕੀਤਾ। ਹੁਣ ਆਪਾਂ ਐਗਜ਼ਾਮਪਲ ਦਿੰਦੇ ਹਾਂ, ਆਪਾਂ ਜਦੋਂ ਕਿਹਾ ਸੀਗਾ ਪਹਿਲਾਂ ਦੇ ਵਿੱਚ, ਮੈਂ ਕਿਹਾ ਕਿ ਇਹ ਬਹੁਤ ਸੀਰੀਅਸ ਕ੍ਰਾਈਸਿਸ ਹੈ ਤੇ ਸਾਰੇ ਨੂੰ ਮਦਦ ਦੀ ਲੋੜ ਹੋਣੀ ਹੈ, ਤੇ ਸਾਰੇ ਨੂੰ ਡਾਇਰੈਕਟਲੀ ਦੇ ਦਿਓ। ਉਹ ਨਹੀਂ ਕਰਨਾ ਤਾਂ ਜਿਹੜਾ CERB ਨੂੰ ਸੌਖਾ ਬਣਾ ਦਿਓ,
ਜਿਹਦੇ ਚ ਹਰੇਕ ਜੇ ਕੋਈ ਲੋੜਵੰਦ ਬੰਦਾ ਹੈਗਾ ਉਹ ਅਪਲਾਈ ਕਰ ਸਕਦਾ, ਉਹਨੂੰ ਕੋਈ ਰੁਕਾਵਟ ਨਾ ਆਵੇ। ਤੇ ਉਹਨਾਂ ਨੇ ਕੀ ਕੀਤਾ ਕਿ ਪਹਿਲਾਂ ਉਹਨਾਂ ਨੇ ਪਹਿਲਾਂ ਸ਼ੁਰੂ ਕੀਤਾ, ਪਹਿਲਾਂ ਉਹ ਤਾਂ ਕਹਿੰਦੇ ਉਹ ਮੰਨਦੇ ਨਹੀਂ ਸੀਗੇ, ਪਹਿਲਾਂ ਤਾਂ EI ਕਰਨਾ ਚਾਹੁੰਦੇ ਸੀ ਆਪਾਂ ਧੱਕੇ ਦੇ ਨਾਲ, ਪ੍ਰੈਸ਼ਰ ਦੇ ਨਾਲ ਉਹਨੇ ਫਿਰ CER ਵੀ ਲਿਆ। ਪਹਿਲਾਂ ਉਹ $1,000 ਲੈ ਕੇ ਆਉਣਾ ਚਾਹੁੰਦੇ ਸੀ, ਫਿਰ ਆਪਾਂ ਕਿਹਾ ਕਿ ਇਹਨੇ ਘੱਟੋ ਘੱਟ $2,000 ਹੋਣਾ ਚਾਹੀਦਾ, ਉਹ ਆਪਣੀ $2,000 ਮੰਨੀ। ਫਿਰ ਹੌਲੀ ਹੌਲੀ ਕੀ ਕਰਦੇ ਨੇ, ਆਪਾਂ ਕਿਹਾ ਕਿ ਸਾਰਿਆਂ ਨੂੰ ਦਿਓ ਜਿਹਨੂੰ ਲੋੜ ਹੈ, ਸਟੂਡੈਂਟਸ ਨੂੰ ਦਿਓ, ਸੀਨੀਅਰਸ ਨੂੰ, ਜਿਨ੍ਹਾਂ ਦੀ ਡਿਸਬਿਲਿਟੀਜ਼ ਹੈਗੇ ਉਹਨੂੰ ਵੀ ਦਿਓ। ਤੇ ਉਹ ਪਹਿਲਾਂ ਨਹੀਂ ਮੰਨਦੇ ਸੀ, ਤੇ ਹੌਲੀ ਹੌਲੀ ਸਾਨੂੰ ਵਾਰ ਵਾਰ ਪਾਰਲੀਮੈਂਟ ਦੇ ਵਿੱਚ ਨਵੇਂ ਨਵੇਂ ਅਮੈਂਡਮੈਂਟਸ ਪੇਸ਼ ਕਰਦੇ ਸੀ ਕਿ ਹਾਂ ਠੀਕ ਹੈ ਆਪਾਂ ਇਹਨੂੰ ਇੰਕਲੂਡ ਕਰਨਾ ਜਾਂ ਉਹਨੂੰ ਇੰਕਲੂਡ ਕਰਨਾ। ਹੁਣ ਆਪਾਂ ਦੇਖ ਰਹੇ ਹਾਂ ਕਿ ਸਟੂਡੈਂਟਸ ਨੂੰ ਆਪਾਂ ਕਹਿੰਦੇ ਸੀ ਕਿ ਤੁਸੀਂ CERB ਦੇ ਵਿੱਚ ਲਿਆਓ। ਮੈਨੂੰ ਚੇਤਾ ਆਇਆ ਜਦੋਂ ਮੈਂ ਕਾਲਜ ਯੂਨੀਵਰਸਿਟੀ ਜਾ ਰਿਹਾ ਸੀਗਾ ਤੇ ਹਰ ਗਰਮੀਆਂ 'ਚ ਮੈਂ ਕੰਮ ਕਰਦਾ ਸੀ, ਤੇ ਉਹ ਕੰਮ ਦੇ ਨਾਲ ਮੈਂ ਪੈਸੇ ਇਕੱਠੇ ਕਰਕੇ ਸਕੂਲ ਵਾਸਤੇ ਮੈਂ ਜਾਂਦਾ ਸੀ। ਤੇ ਬਹੁਤ ਸਾਰੇ ਬੱਚੇ ਇਹੋ ਜਿਹੇ ਹਾਲਤ ਹੁਣ ਹੈਗੇ, ਤੇ ਇਸ ਗਰਮੀਆਂ 'ਚ ਕੋਈ ਨੌਕਰੀਆਂ ਨਹੀਂ ਹੋਣੇ, ਸਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਕਿੰਨੇ ਜੌਬਸ ਲਾਸ ਹੋਈਆਂ ਤੇ ਕਿੰਨਾ ਅਨਇੰਪਲੋਇਮੈਂਟ ਚੱਲ ਰਿਹਾ ਤੇ ਨੌਕਰੀਆਂ ਹੈ ਨਹੀਂ ਜਿਹੜੇ ਪਹਿਲੇ ਹੁੰਦੇ ਸੀਗੇ। ਸੋ ਉਹ ਬੱਚਿਆਂ ਨੂੰ ਆਪਾਂ CERB ਦੇ ਵਿੱਚ ਸੌਖੀ ਤਰੀਕੇ ਨਾਲ ਲੈ ਕੇ ਆ ਸਕਦੇ ਸੀ, ਤੇ ਲਿਬਰਲ ਸਰਕਾਰ ਨੇ ਇਹ ਗੱਲ ਮੰਨੀ ਨਹੀਂ, ਉਹਨੂੰ CESB ਸ਼ੁਰੂ ਕੀਤਾ। ਪਰ ਘੱਟੋ ਘੱਟ ਸਾਡੀ ਗੱਲ ਸਮਝ ਲਈ ਕਿ ਲੋਕ ਬੱਚੇ ਜਿਹੜੇ ਉਹ ਕੰਪਲੀਟਲੀ ਮਿਸ ਹੋਏ। ਪਹਿਲਾਂ ਕੀ ਕਰਨਾ ਚਾਹੁੰਦੇ ਸੀਗੇ, ਜਿਹੜੇ ਮਾਂ ਪਿਓ ਨੇ ਜਿਹੜੇ ਸਕੂਲ ਵਾਪਸ ਜਾ ਰਹੇ ਨੇ ਉਹਨੂੰ $250 ਘੱਟ ਦੇਣਾ ਚਾਹੁੰਦੇ ਸੀ, ਤੇ ਜਿਹੜੇ ਸਟੂਡੈਂਟਸ ਦੀ ਕੋਲ ਡਿਸੇਬਿਲਿਟੀ ਹੋਵੇ ਉਹਨੂੰ $200 ਘੱਟ। ਆਪਾਂ ਕਿਹਾ ਉਹਨੂੰ ਕਿਆ ਤੇ ਘੱਟ ਪੈਸੇ ਦੇ ਰਹੇ ਹੋ। ਸੋ ਆਪਾਂ ਪ੍ਰੈਸ਼ਰ ਪਾ ਕੇ ਉਹ ਸਰਕਾਰ ਨੇ ਸਾਡੀ ਗੱਲ ਮੰਨ ਲਈ ਕਿ ਠੀਕ ਹੈ ਆਪਾਂ ਉਹਨੂੰ ਫੁੱਲ $2,000 ਦਿੰਦੇ ਹਾਂ। ਤੇ ਆਪਾਂ ਇਹ ਗੱਲ ਦੇਖ ਰਹੇ ਹਾਂ ਕਿ ਹੋਣਾ ਕੀ ਚਾਹੀਦਾ ਸੀਗਾ ਕਿ ਇਨਸਟੈਡ ਆਫ ਜਿਹੜਾ ਹੁਣ ਤਰੀਕਾ ਆ ਕਿ ਹਰ ਹਫ਼ਤਾ ਕੋਈ ਨਾ ਕੋਈ ਅਨਾਊਂਸਮੈਂਟ, ਹਰ ਹਫ਼ਤਾ ਥੋੜ੍ਹੀ ਜਿਹੀ ਹੋਰ, ਪਿਛਲੀ ਗੱਲ ਦਿਨ ਦੀ ਗੱਲ ਆ, ਹੁਣ ਸੀਨੀਅਰਸ ਵਾਸਤੇ ਉਹਨਾਂ ਨੇ ਅਨਾਊਂਸ ਕੀਤਾ ਕਿ ਆਪਾਂ ਥੋੜ੍ਹੀ ਜਿਹੀ ਵਧਾਵਾਂਗੇ, ਉਹ ਵੀ ਇੱਕ ਵਕਤ। ਆਪਾਂ ਕਹਿ ਰਹੇ ਹਾਂ ਕਿ ਇਹ ਪਰਮਨੈਂਟ ਹੋਣਾ ਚਾਹੀਦਾ ਸੀਨੀਅਰਸ ਵਾਸਤੇ, ਪਰਮਨੈਂਟ ਇਨਕਰੀਸ ਉਹਨਾਂ ਦੀ ਫੰਡਿੰਗ ਲਈ, ਪਰ ਇਹ ਇੰਨੇ ਹਫ਼ਤੇ ਉਡੀਕਣ ਦੀ ਕੀ ਲੋੜ ਸੀ, ਆਪਾਂ ਇਕਦਮ ਕਰ ਸਕਦੇ ਸੀ। ਸੋ ਜਗਮੀਤ ਸਿੰਘ ਜੀ, ਇੱਕ ਹੋਰ ਕੁਐਸਚਨ ਇੱਥੇ ਖੜਾ ਹੁੰਦਾ ਕਿ ਤੁਸੀਂ ਇੱਕ ਹੋਰ ਇਨਫੋਰਮੇਸ਼ਨ ਲੈ ਕੇ ਆਉਂਦੀ ਪਬਲਿਕ ਦੇ ਲਈ ਕਿ ਸਾਰਿਆਂ ਦੇ ਜਿਹੜੇ ਸਿੱਖ ਬੈਨੀਫਿਟਸ ਨੇ ਉਹਨਾਂ ਦੀ ਪੇ ਹੋਣੀ ਚਾਹੀਦੀ ਹੈ। ਉਹ ਅਗੇਨ ਜਿਹੜੇ ਆਪਣੇ ਪ੍ਰਧਾਨ ਮੰਤਰੀ ਨੇ, ਲਿਬਰਲ ਪਾਰਟੀ ਦੇ ਪ੍ਰਧਾਨ ਜਸਟਿਨ ਟਰੂਡੋ ਹੋਣੀ, ਉਹ ਉਸ ਗੱਲ ਨੂੰ ਨਹੀਂ ਮੰਨ ਰਹੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਸਰ ਜੀ ਜੀ ਸਰ, ਮੈਨੂੰ ਪਤਾ ਸੀ ਤੁਸੀਂ ਸਵਾਲ ਪੁੱਛ ਰਹੇ ਸੀ, ਸੋ ਮੈਂ ਡਾਇਰੈਕਟਲੀ ਜਵਾਬ ਵੱਲ ਜਾ ਰਿਹਾ ਸੀ। ਤੇ ਹਾਂ ਦੇਖੋ, ਹੁਣ ਜੇ ਆਪਾਂ ਹੁਣ ਕ੍ਰਾਈਸਿਸ ਦੇ ਵਿੱਚ ਹੈਗੇ ਹਾਂ ਤੇ ਹੁਣ ਕ੍ਰਾਈਸਿਸ ਚੋਂ ਨਿਕਲਣ ਵਾਸਤੇ ਆਪਾਂ ਹੁਣ ਵਾਪਸ ਕੰਮ ਤੇ ਜਾਵਾਂਗੇ, ਹੁਣ ਉਹਦੇ 'ਚ ਆਪਾਂ ਕਿਹਾ ਕਿ ਦੋ ਗੱਲਾਂ ਤੇ ਘੱਟੋ ਘੱਟ ਇਹ ਹੋਣੀਆਂ ਚਾਹੀਦੀਆਂ। ਇੱਕ ਤਾਂ ਜੇ ਕੋਈ ਕੰਮ ਤੇ ਜਾਂਦਾ ਉਹਨੂੰ ਇਹ ਪੂਰੀ ਉਮੀਦ ਹੋਵੇ ਕਿ ਉਹ ਸੁਰੱਖਿਅਤ ਥਾਂ ਤੇ ਕੰਮ ਤੇ ਜਾ ਰਿਹਾ, ਕਿ ਉਹ ਸੁਰੱਖਿਅਤ ਆ। ਸੋ ਇਹ ਹੋਣਾ ਚਾਹੀਦਾ, ਬਿਲਕੁਲ ਹੀ ਬੜੇ ਧਿਆਨ ਨਾਲ ਸਾਨੂੰ ਦੇਖਣਾ ਚਾਹੀਦਾ ਕਿ ਕੰਮ ਜਿੱਥੇ ਲੋਕ ਕਰਦੇ ਨੇ ਉੱਥੇ ਸਾਰੇ ਸਹੂਲਤਾਂ ਹੋਣ ਕਿ ਲੋਕ ਸੇਫ ਰਹਿਣ। ਦੂਜੀ ਗੱਲ ਆ ਕਿ ਹੁਣ ਪਹਿਲਾਂ ਮੈਂ ਵੀ ਇਸ ਗੱਲ ਦਾ ਮੈਂ ਮੰਨਦਾ ਆ ਕਿ ਮੈਂ ਇਹਦਾ ਸੋਚਦਾ ਸੀ ਕਿ ਜੇ ਮੈਂ ਥੋੜ੍ਹਾ ਜਿਹਾ ਵੀ ਬਿਮਾਰ ਹੁੰਦਾ, ਘੱਟ ਹੀ ਮੈਂ ਹੁੰਦਾ ਬਿਮਾਰ, ਪਰ ਜੇ ਹੁੰਦਾ ਜ਼ੁਕਾਮ ਜਾਂ ਬੁਖਾਰ, ਮੈਂ ਕਹਿੰਦਾ ਸੀ ਕਿ ਮੈਂ ਫਿਰ ਵੀ ਕੰਮ ਤੇ ਜਾਊਂਗਾ ਕਿਉਂਕਿ ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਜਿੱਦਾਂ ਮੈਨੂੰ ਰੋਕ ਨਹੀਂ ਸਕਦਾ ਇਹ ਬਿਮਾਰੀ, ਮੈਂ ਤਕੜਾ ਆ। ਪਰ ਹੁਣ ਆਪਾਂ ਸੋਚਦੇ ਕਿ ਇਹ ਇਰਰਿਸਪੋਨਸਿਬਲ ਹੈ ਕਿ ਜੇ ਕੋਈ ਬੰਦਾ ਬਿਮਾਰ ਹੈ ਉਹਨੂੰ ਕੰਮ ਤੇ ਨਹੀਂ ਜਾਣਾ ਚਾਹੀਦਾ। ਪਰ ਹਾਂ ਦੇਖੋ ਗਰੇਵਾਲ ਸਾਹਿਬ, ਜੇ ਕੋਈ ਕੰਮ ਤੇ ਨਹੀਂ ਜਾਂਦਾ ਤਾਂ ਉਹਦੇ ਕੋਲ ਸਿੱਖ ਪੇ ਨਹੀਂ ਹੈਗਾ, ਤੇ ਫਿਰ ਉਹਨੂੰ ਇਹ ਔਖਾ ਸਵਾਲ ਹੈ ਕਿ ਮੈਂ ਕੰਮ ਤੇ ਜਾਵਾਂ ਪਰ ਫਿਰ ਦੂਜਿਆਂ ਨੂੰ ਮੈਂ ਸ਼ਾਇਦ ਇਨਫੈਕਟ ਕਰ ਸਕਦਾ, ਪਰ ਜੇ ਮੈਂ ਘਰ ਰਹਿੰਦਾ ਤਾਂ ਮੈਨੂੰ ਕੋਈ ਇਨਕਮ ਨਹੀਂ ਮਿਲਣੀ, ਤੇ ਫਿਰ ਐਂਡ ਆਫ ਦਾ ਮੰਥ ਮੈਂ ਕਿੱਦਾਂ ਆਪਣੇ ਬਿਲਸ ਪੇ ਕਰਨੇ। ਸੋ ਇਹ ਜਿਹੜਾ ਔਖਾ ਸਵਾਲ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਆਪਾਂ ਕਿਹਾ ਕਿ 2 ਹਫ਼ਤੇ ਸਾਰਿਆਂ ਨੂੰ ਸਿੱਖ ਪੇ ਗਰੰਟੀਡ ਹੋਣੀ ਚਾਹੀਦੀ ਹੈ ਸਾਲ ਦੇ ਵਿੱਚ, ਤਾਂ ਕਿ ਜੇ ਰੱਬ ਨਾ ਕਰੇ ਕੋਈ ਬੰਦਾ ਬਿਮਾਰ ਹੁੰਦਾ ਉਹਨੂੰ ਇਹ ਨਾ ਹੋਵੇ ਕਿ ਮੈਂ ਕੰਮ ਤੇ ਜਾਵਾਂ ਲਾਜ਼ਮੀ ਮਜਬੂਰੀ 'ਚ, ਉਹ ਘਰ ਰਹਿ ਸਕਦਾ ਤੇ ਉਹਨੂੰ ਇਹ ਉਮੀਦ ਹੋਵੇ ਕਿ ਮੈਂ ਘਰ ਰਹਿ ਕੇ ਮੈਨੂੰ ਸਿੱਖ ਪੇ ਮਿਲੂ ਤੇ ਜਦੋਂ ਮੈਂ ਠੀਕ ਹੋਇਆ ਮੈਂ ਵਾਪਸ ਕੰਮ ਤੇ ਜਾਊਂਗਾ। ਸੋ ਇਹ ਸਾਰੇ ਐਕਸਪਰਟਸ ਮੰਨਦੇ ਨੇ ਕਿ COVID-19 ਤੋਂ ਬਾਅਦ ਇਹ ਕ੍ਰਾਈਸਿਸ ਤੋਂ ਬਾਅਦ ਜਿਹੜੀ ਹੁਣ ਇਹ ਲਾਜ਼ਮੀ ਗੱਲ ਹੈ ਕਿ ਹਰੇਕ ਕੈਨੇਡੀਅਨ ਨੂੰ, ਹਰੇਕ ਇਨਸਾਨ ਨੂੰ ਸਿੱਖ ਪੇ ਮਿਲਣੀ ਚਾਹੀਦੀ। ਸੋ ਜਿੱਦਾਂ ਆਪਾਂ ਨੂੰ ਸਾਰੇ ਕੈਨੇਡੀਅਨਸ ਨੂੰ ਪਤਾ ਕਿ ਆਪਣੀ ਪਾਰਲੀਮੈਂਟ ਇਟਸ ਬੀਇੰਗ ਰਨ ਰਿਮੋਟਲੀ, ਸੋ ਓਨਲੀ ਵੈਰੀ ਫਿਊ MPs ਗੈਟ ਇਨਟੂ ਦ ਪਾਰਲੀਮੈਂਟ, ਤੇ ਬਾਕੀ ਆਪਦੇ ਘਰੋਂ ਗੱਲਬਾਤ ਕਰਦੇ ਨੇ। ਤੁਸੀਂ ਬੀਇੰਗ ਅ ਲੀਡਰ ਆਫ ਅ ਪਾਰਟੀ, ਜਦੋਂ ਟਰੂਡੋ ਸਾਹਿਬ
अपने प्राइम मिनिस्टर कोई भी अनाउंसमेंट करने तो पहला या एक दो दिन पहला भी कोई थोड़े नाल भी गलबात करते हैं कि असी आ अनाउंसमेंट करनी जी सानू कोविड 19 दे विच जिहड़े अपडेट्स मिलते रहते हैं ते डायरेक्टली प्रधानमंत्रियों तो कॉल्स आते हैं कदे कदे पहला अनाउंसमेंट तो एक दिन दो दिन पहला कई बार मौके पर कुछ गल्लां होंदियां ने उहदे च मैं हर वक्त पुश करना चाहुंदा कुछ करना चाहुंदा कि जिहड़ा कोई मुख्य गल हो रही है उहदे बारे मैं रेज करदा जिदा मैं कहा कि हुण स्टूडेंट्स तुसीं मिस किया बजुर्गों नूं मिस किया डिसेबिलिटी जिहड़े जिहड़े लोग फेस करदे ने ते जिहड़े हुण पंजाब तों इंडिया तों लोग जिहड़े फसे सीगे स्टक सीगे ਉਹਦੀ ਗੱਲ ਵੀ ਰੇਜ਼ ਕੀਤਾ ਸੋ ਉਹ ਕਾਲਾਂ ਦੇ ਵਿੱਚ ਮੈਂ ਰੈਗੂਲਰਲੀ ਇਸ਼ੂਜ਼ ਆ ਅਪਡੇਟ ਕਰਦਾ ਰਹਿਣਾ ਸੋ ਤੁਸੀਂ ਉਹਨੇ ਗੱਲ ਕੀਤੀ ਕਿ ਇੰਡੀਆ ਦੇ ਵਿੱਚ ਕੈਨੇਡੀਅਨਸ ਸਟਕ ਸੀਗੇ ਹਨਾ ਉਹਦਾ ਇੱਕ ਬਹੁਤ ਵੱਡਾ ਡਿਲੇਮਾ ਬਣਦਾ ਜੀ ਕੀ ਤੁਸੀਂ ਦੱਸ ਸਕਦੇ ਹੋ ਕਿ ਜਿਹੜੀ ਕੈਨੇਡੀਅਨ ਗਵਰਨਮੈਂਟ ਉਹਨੇ ਕੋਈ ਵੀ ਹੋਰ ਕੰਟਰੀ ਤੋਂ ਕੈਨੇਡੀਅਨ ਸਿਟੀਜ਼ਨ ਆਪਦੇ ਖਰਚੇ ਤੇ ਵਾਪਸ ਲੈ ਕੇ ਆਉਂਦੇ ਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜੋ ਆਪਾਂ ਦੇਖ ਰਹੇ ਹਾਂ ਇੱਕ ਕਿਸਮ ਦਾ ਡਿਸਕ੍ਰਿਮੀਨੇਸ਼ਨ ਹੋ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਦੇਖਿਆ ਮੇਰੇ ਆਪ ਦੇ ਮੈਂ ਪੁੱਛਿਆ ਸੀਗਾ ਕਿ ਪਰੂ ਅਤੇ ਸਾਊਥ ਅਮੈਰੀਕਾ 'ਚ ਕੁਛ ਕੈਨੇਡੀਅਨਸ ਸਟੱਕ ਸੀਗੇ ਅਤੇ ਉਹਨਾਂ ਦੀ ਜਿਹੜੀ ਬੰਦੋਬਸਤੀ ਕੀਤੀ ਸੀ ਬਹੁਤ ਵਧੀਆ ਸੀ ਮੈਂ ਹੈਰਾਨ ਸੀ ਕਿ ਇੰਨਾ ਛੇਤੀ ਅਤੇ ਇੰਨਾ ਵਧੀਆ ਤਰੀਕੇ ਦੇ ਨਾਲ ਫਿਰ ਮੈਂ ਦੇਖਿਆ ਕਿ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਕੈਨੇਡੀਅਨ ਨਿਵਾਸੀ ਇੰਡੀਆ 'ਚ ਫਸੇ ਨੇ ਅਤੇ ਲਿਬਰਲ ਸਰਕਾਰ ਨੇ ਉਹਨੂੰ ਧੋਖਾ ਹੀ ਦਿੱਤਾ ਜੇ ਮੈਂ ਥੋੜ੍ਹੀ ਸਖ਼ਤ ਲਫ਼ਜ਼ ਵਰਤਾਂ ਮਾਫ਼ੀ ਮੰਗਦਾ ਪਰ ਗੱਲ ਵੀ ਸਹੀ ਹੈ ਮੈਂ ਜਿਹੜਾ ਜੋ ਸੁਣਨ ਨੂੰ ਮਿਲਦਾ ਕਿ ਲੋਕ ਮੌਕੇ 'ਤੇ ਆ ਕੇ ਫਲਾਈਟ ਕੈਂਸਲ ਹੋ ਜਾਂਦੇ ਡਿਲੇ ਹੁੰਦੇ ਕਿੰਨੇ ਜ਼ਿਆਦਾ ਪੈਸੇ ਦੇ ਟਿਕਟ ਮਿਲ ਰਹੇ ਨੇ ਤਿੰਨ ਗੁਣਾ ਜ਼ਿਆਦਾ ਆਮ ਤੌਰ 'ਤੇ 1,000 ਦਾ ਹੁੰਦਾ ਹੁਣ ਤਕਰੀਬਨ 3,000 ਦਾ ਟਿਕਟ ਮਿਲ ਰਿਹਾ ਸੀ ਲੋਕਾਂ ਨੂੰ ਅਤੇ ਨਾਲੇ ਉਹ ਫਲਾਈਟ ਇਹ ਨਹੀਂ ਸੀ ਕਿ ਫਲਾਈਟ ਖਾਲੀਆਂ ਸੀ ਥਾਂ ਰੱਖ ਕੇ ਲੋਕ ਬਹਿੰਦੇ ਸੀ ਸਾਨੂੰ ਸੁਣਨ ਨੂੰ ਮਿਲਦਾ ਲੋਕ ਸਾਨੂੰ ਕਹਿ ਰਹੇ ਸੀ ਕਿ ਫਲਾਈਟਾਂ ਵੀ ਭਰੇ ਪਏ ਸੀਗੇ ਅਤੇ ਫਿਰ ਵੀ $3,000 ਚਾਰਜ ਕਰਦੇ ਸੋ ਇੱਕ ਇਹ ਜ਼ਰੂਰ ਸਾਨੂੰ ਲੱਗ ਰਿਹਾ ਕਿ ਲਿਬਰਲ ਸਰਕਾਰ ਨੇ ਜਿਹੜੀ ਇੰਡੀਆ ਦੇ ਵਿੱਚ ਕੈਨੇਡੀਅਨ ਨਿਵਾਸੀ ਫਸੇ ਸੀ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਅਤੇ ਗਲਤ ਕੀਤਾ ਅਤੇ ਮੈਂ ਪ੍ਰਧਾਨ ਮੰਤਰੀ ਨੂੰ ਦੱਸਿਆ ਅਤੇ ਆਪਾਂ ਚਿੱਠੀ ਵੀ ਲਿਖੀ ਆ ਫੋਰਨ ਅਫੇਅਰ ਮਿਨਿਸਟਰ ਨੂੰ ਮੰਤਰੀ ਨੂੰ ਅਤੇ ਇਹ ਗੱਲ ਬਿਲਕੁਲ ਹੀ ਗਲਤ ਹੋਇਆ ਸੋ ਜਦੋਂ ਤੁਸੀਂ ਜਗਮੀਤ ਸਿੰਘ ਜੀ ਲੀਡਰ ਚੁਣੇ ਗਏ ਸੀ NDP ਪਾਰਟੀ ਦੇ ਤੇ ਫਿਰ ਇਲੈਕਸ਼ਨ ਹੋਈ ਕੈਨੇਡਾ ਦੇ ਵਿੱਚ ਨਾਟ ਜਸਟ ਕਿ ਕੈਨੇਡੀਅਨ ਮੀਡੀਆ ਪਰ ਵਰਲਡ ਓਵਰ ਮੀਡੀਆ ਨੇ ਕਿਹਾ ਕਿ ਜਗਮੀਤ ਸਿੰਘ ਇਜ਼ ਦ ਕਿੰਗ ਮੇਕਰ ਕਿ ਜੋ ਜਗਮੀਤ ਸਿੰਘ ਜੀ ਕਹਿਣਗੇ ਉਹ ਚੀਜ਼ਾਂ ਕੈਨੇਡਾ ਦੇ ਵਿੱਚ ਹੋਣਗੀਆਂ ਕਿਉਂਕਿ ਲਿਬਰਲ ਗਵਰਨਮੈਂਟ ਉਸ ਤੋਂ ਬਿਨਾਂ ਨਹੀਂ ਚੱਲ ਸਕਦੀ ਤੇ ਤੁਸੀਂ ਵੀ ਆਪਦੇ ਬਿਆਨ ਦੇ ਵਿੱਚ ਕਿਹਾ ਸੀ ਕਿ ਤੁਸੀਂ ਯੂ ਵੁੱਡ ਰਾਦਰ ਵਾਕ ਵਿਦ ਦ ਲਿਬਰਲਸ ਦੈਨ ਟਾਕ ਟੂ ਦ ਕੰਜ਼ਰਵੇਟਿਵਸ ਸੋ ਉਹਦੇ ਬਾਰੇ ਤੁਸੀਂ ਹੁਣ ਕੀ ਫੀਲ ਕਰਦੇ ਹੋ ਕਿ ਲਿਬਰਲ ਸਰਕਾਰ ਤੁਹਾਡੀ ਗੱਲਬਾਤ ਸੁਣ ਕੇ ਮੰਨਦੀ ਹੈ ਕੋਈ ਗੱਲ ਯਾ ਕਾਫੀ ਗੱਲਾਂ ਮੰਨੀਆਂ ਇਹ ਹੈ ਕਿ ਹਫ਼ਤਿਆਂ ਬਾਅਦ ਪਰ ਫਿਰ ਵੀ ਆਪਾਂ ਕਹਿ ਸਕਦੇ ਕਿ ਕ੍ਰਾਈਸਿਸ ਦੇ ਵਿੱਚ ਜੇ ਲੋਕਾਂ ਨੂੰ ਮਦਦ ਮਿਲੀ ਹੈ ਤਾਂ ਜ਼ਿਆਦਾ ਜਿਹੜੇ ਪ੍ਰੋਗਰਾਮਸ ਜਿਹੜੇ ਸਹੂਲਤਾਂ ਜਿਹੜੇ ਲੋਕਾਂ ਦੀ ਮਦਦ ਵਾਸਤੇ ਪ੍ਰੋਗਰਾਮ ਸੀਗੇ ਆਪਾਂ ਹੀ ਉਹ ਪੁਸ਼ ਕਰਕੇ ਲਿਆਂਦੇ ਸੋ ਮੈਂ ਕੁਛ ਐਗਜ਼ਾਮਪਲ ਦਿੱਤੇ ਸੀਗੇ ਕਿ EI ਤੋਂ CERB ਜਾਣਾ ਸਾਡੇ ਕੋਲ ਮੈਂ ਬਿਆਨ ਦਿੱਤਾ ਸੀਗਾ ਵਿਧਾਨ ਸਭਾ ਦੇ ਵਿੱਚ ਐਂਡ ਹਾਊਸ ਆਫ ਕਾਮਨਸ ਕਿ ਨਹੀਂ ਲੋਕਾਂ ਨੂੰ ਹੋਰ ਕੁਛ ਚੀਜ਼ ਦੀ ਲੋੜ ਹੈ ਜਿਹੜਾ 1,000 ਤੋਂ 2,000 ਵਧਾਉਣਾ ਉਹ ਵੀ ਆਪਾਂ ਕਿੰਨੇ ਹਫ਼ਤੇ ਪਹਿਲਾਂ ਮੰਗ ਕੀਤੀ ਸੀ ਅਤੇ ਫਿਰ ਸਰਕਾਰ ਨੇ ਕੀਤਾ 10% ਵੇਜ ਸਬਸਿਡੀ ਤੋਂ ਲੈ ਕੇ 75% ਜਿਹਦੇ ਨਾਲ ਕਾਫ਼ੀ ਲੋਕਾਂ ਦੀ ਨੌਕਰੀਆਂ ਬਚੀਆਂ ਉਹਦੇ ਕਰਕੇ ਉਹ ਵੀ ਆਪਾਂ ਬਿਆਨ ਦਿੱਤਾ ਸੀ ਮੈਂ ਫੋਨ 'ਤੇ ਵੀ ਕੀਤਾ ਸੀ ਗੱਲ ਕਿ ਦੇਖੋ UK ਸਵੀਡਨ ਡੈਨਮਾਰਕ ਸਾਰਿਆਂ ਨੇ 75% ਘੱਟੋ ਘੱਟ ਕੀਤਾ ਸਾਨੂੰ ਵੀ ਕਰਨਾ ਚਾਹੀਦਾ ਅਤੇ ਸਰਕਾਰ ਸਾਡੀ ਗੱਲ ਸੁਣ ਰਹੀ ਹੈ ਸਾਰੀਆਂ ਗੱਲਾਂ ਨਹੀਂ ਜੇ ਸਾਡੀ ਸਾਰੀਆਂ ਗੱਲਾਂ ਸੁਣਦੇ ਤਾਂ ਬਹੁਤ ਹੀ ਜ਼ਿਆਦਾ ਹੀ ਵਧੀਆ ਰਿਸਪੋਂਸ ਹੋਣਾ ਸੀਗਾ ਪਰ ਸਾਡੀਆਂ ਗੱਲਾਂ ਜ਼ਰੂਰ ਸੁਣ ਰਹੇ ਨੇ ਕੁਛ ਹਫ਼ਤਿਆਂ ਬਾਅਦ ਆਪਾਂ ਪ੍ਰੈਸ਼ਰ ਪਾ ਕੇ ਸਾਡੀ ਗੱਲ ਸੁਣਨੀ ਹੈ ਪਰ ਸਾਨੂੰ ਇਹ ਲੱਗਦਾ ਹੈ ਕਿ ਉਹ ਆਪੇ ਨਹੀਂ ਕਰਦੇ ਬਹੁਤ ਸਾਰੀਆਂ ਗੱਲਾਂ ਉਹ ਆਪੇ ਕਰਨ ਨੂੰ ਤਿਆਰ ਨਹੀਂ ਸੀ ਸਾਨੂੰ ਉਹਨੂੰ ਧੱਕਾ ਦੇ ਕੇ ਹੀ ਆਪਾਂ ਕਰਾਏ ਹਾਂ ਜਿਹੜੀ ਲੋਕਾਂ ਦੇ ਭਲਾ ਵਾਸਤੀਆਂ ਗੱਲਾਂ ਸੋ ਤੁਸੀਂ ਮਿਸਟਰ ਸਿੰਘ ਸਾਡੇ ਸ਼ੋਅ ਦੇ ਐਂਡ ਦੇ ਵਿੱਚ ਕੈਨੇਡੀਅਨਸ ਜਾਂ ਵਰਲਡ ਜਿੰਨੇ ਵੀ ਆਪਣੇ ਵਿਊਅਰਸ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਤਾਂ ਮੈਂ ਸਮਝਦਾ ਹਾਂ ਕਿ ਆਪਾਂ ਕਾਫੀ ਔਖੇ ਸਮੇਂ 'ਚ ਹੈਗੇ ਹਾਂ ਅਤੇ ਲੋਕ ਕਾਫੀ ਫਿਕਰ ਮਹਿਸੂਸ ਕਰ ਰਹੇ ਨੇ ਡਰ ਰਹੇ ਨੇ ਅਤੇ ਮੈਂ ਸਮਝਦਾ ਹਾਂ ਮੈਂ ਤੁਹਾਨੂੰ ਇਹ ਆਸ ਦੇਣਾ ਚਾਹੁੰਦਾ ਕਿ ਮੈਂ ਤੁਹਾਡੇ ਲਈ ਪੂਰੀ ਵਧੀਆ ਤਰੀਕੇ ਨਾਲ ਜ਼ੋਰ ਨਾਲ ਨੁਮਾਇੰਦਗੀ ਕਰੂੰਗਾ
ਪਰ ਆਪਾਂ ਇਸ ਔਖੇ ਸਮੇਂ ਚੋਂ ਲੰਘ ਸਕਦੇ ਹਾਂ ਸਿਰਫ ਔਰ ਸਿਰਫ ਜੇ ਆਪਾਂ ਇੱਕ ਦੂਸਰਿਆਂ ਦੀ ਦੇਖਭਾਲ ਕਰਦੇ ਹਾਂ ਤੇ ਜੇ ਆਪਾਂ ਇੱਕ ਦੂਸਰਿਆਂ ਦੀ ਦੇਖਭਾਲ ਕਰਦੇ ਹਾਂ ਆਪਾਂ ਕੋਵਿਡ-19 ਦਾ ਮੁਕਾਬਲਾ ਕਰ ਸਕਦੇ ਹਾਂ। ਹੁਣ ਬੇਨਤੀ ਹੈ ਕਿ ਤੁਸੀਂ ਜਿਹੜੀ ਐਕਸਪਰਟਸ ਦੀ ਗੱਲ ਜ਼ਰੂਰ ਸੁਣੋ। ਕਈ ਵਾਰੀ ਇਹ ਹੁੰਦਾ ਕਿ ਕੋਈ ਲੋਕ ਵਟਸਐਪ ਤੇ ਗਲਤ ਬਿਆਨ ਫੈਲਾਉਂਦੇ ਨੇ, ਉਹ ਗੱਲਾਂ ਨਾ ਸੁਣੋ, ਜਿਹੜੀ ਐਕਸਪਰਟਸ ਦੀ ਗੱਲ ਸੁਣੋ। ਇਸ ਵਕਤ ਫਿਜ਼ੀਕਲ ਡਿਸਟੈਂਸ ਰੱਖਣਾ ਚਾਹੀਦਾ ਤੇ ਘੱਟੋ ਘੱਟ ਜ਼ਿਆਦਾ ਲੋਕਾਂ ਨਾਲ ਨਾ ਵਰਤੋ, ਆਪਣੇ ਪਰਿਵਾਰ ਦੇ ਬੰਦਿਆਂ ਨਾਲ ਹੀ ਵਰਤੋ ਇਸ ਵਕਤ, ਤੇ ਇਕੱਠੇ ਹੋ ਕੇ ਆਪਾਂ ਮੁਕਾਬਲਾ ਕਰ ਸਕਦੇ ਹਾਂ ਤੇ ਆਪਾਂ ਇਸ ਸਮੇਂ ਚੋਂ ਲੰਘ ਕੇ ਆਪਾਂ ਬੈਕ ਟੂ ਨੋਰਮਲ ਹੀ ਜਾਣਾ, ਆਪਾਂ ਗਾਂ ਵਧਣਾ, ਆਪਾਂ ਹੋਰ ਵਧੀਆ ਸਮਾਜ ਬਣਾਉਣਾ ਜਿਹਦੇ 'ਚ ਆਪਾਂ ਜ਼ਿਆਦਾ ਵਧੀਆ ਤਰੀਕੇ ਨਾਲ ਇੱਕ ਦੂਜਿਆਂ ਦੀ ਦੇਖਭਾਲ ਕਰਦੇ ਹਾਂ, ਵਧੀਆ ਸਹੂਲਤਾਂ ਦੇ ਨਾਲ, ਜ਼ਿਆਦਾ ਚੰਗੇ ਸਿਹਤ ਸੇਵਾਵਾਂ ਦੇ ਨਾਲ। ਤੇ ਇਹ ਗੱਲਾਂ ਵਾਸਤੇ ਮੈਂ ਤੁਹਾਡੇ ਆਵਾਜ਼ ਬਣ ਕੇ ਇਹ ਮੰਗ ਰੱਖੂੰਗਾ ਤੇ ਆਵਾਜ਼ ਬੁਲੰਦ ਕਰਕੇ ਇਹ ਗੱਲਾਂ ਆਪਾਂ ਲੈ ਕੇ ਆਵਾਂਗੇ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। Thank you for coming on the show, Mr. Singh. You've been watching the Greywall Show. Today, our guest was Honorable Jagmeet Singh, leader of the NDP Party of Canada. Next week, another guest ਤੁਹਾਡੇ ਲਈ ਲੈ ਕੇ ਆਵਾਂਗੇ। ਜੇਕਰ ਤੁਹਾਡੇ ਕੋਈ ਵੀ ਸਵਾਲ ਹੋਣ, ਤੁਸੀਂ ਕਿਸੇ ਵੀ ਗੈਸਟ ਨੂੰ ਦੇਖਣਾ ਚਾਹੁੰਦੇ ਹੋ, ਸਾਨੂੰ ਤੁਸੀਂ ਦੱਸੋ। ਸਾਡਾ ਚੈਨਲ ਜਿੱਥੇ ਤੁਸੀਂ ਟੀਵੀ ਤੇ ਦੇਖ ਸਕਦੇ ਹੋ, ਉੱਥੇ ਤੁਸੀਂ ਯੂਟਿਊਬ ਤੇ ਵੀ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ।